ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਚੈਨਲ ਹਰ ਖਬਰ ਤੇ ਮੈਂ ਦ ਹਿੰਦੂ ਦਾ ਐਡੀਟোরিয়াল ਓਪਨ ਵਿਦ ਕਾਸ਼ਨ ਔਨ ਅਨਲੌਕ 1 ਨੂੰ ਐਕਸਪਲੇਨ ਕਰ ਰਹੀ ਹਾਂ ਤਾਂ ਐਡੀਟোরিয়াল ਦੀ ਸਟਾਰਟਿੰਗ ਉਹ ਇਸ ਤਰ੍ਹਾਂ ਹੈ ਕਿ ਆਪਾਂ ਜਾਣਦੇ ਹਾਂ ਲੌਕਡਾਊਨ ਕਾਰਨ ਇਕਨੋਮੀ ਦੇ ਵਿੱਚ ਕਿੰਨੀ ਸਲੱਗਿਸ਼ਨੈਸ ਆ ਚੁੱਕੀ ਹੈ ਜਿਸ ਦਾ ਰਿਵਾਈਵ ਹੋਣਾ ਜ਼ਰੂਰੀ ਹੈ ਉਥੇ ਹੀ ਸਾਡਾ ਕਰੋਨਾ ਵਾਇਰਸ ਨੂੰ ਲੈ ਕੇ ਜਾਗਰੂਕ ਹੋਣਾ ਵੀ ਬਹੁਤ ਜ਼ਰੂਰੀ ਹੈ ਸੱਚ ਇਹ ਵੀ ਸਾਹਮਣੇ ਆ ਰਿਹਾ ਕਿ ਕਰੋਨਾ ਵਾਇਰਸ ਦੇ ਕਾਰਨ ਲਗਾਈਆਂ ਗਈਆਂ ਰੈਸਟ੍ਰਿਕਸ਼ਨਸ ਦਾ ਸਭ ਤੋਂ ਵੱਧ ਸਾਹਮਣਾ ਸੋਸਾਇਟੀ ਦੇ ਵੀਕਰ ਸੈਕਸ਼ਨ ਨੂੰ ਕਰਨਾ ਪੈ ਰਿਹਾ ਤੇ ਅਨਲੌਕ 1 ਦਾ ਪਲਾਨ ਇਹ ਹੋਣਾ ਚਾਹੀਦਾ ਹੈ ਕਿ ਲੋਕਾਂ ਤੱਕ ਜ਼ਰੂਰੀ ਵਸਤਾਂ ਪਹੁੰਚਾਈਆਂ ਜਾਣ ਹਾਲੀ ਦੇ ਵਿੱਚ ਆਏ ਹੋਏ ਡੇਟਾ ਤੋਂ ਪਤਾ ਲੱਗਦਾ ਹੈ ਕਿ 70% ਕੇਸਿਸ ਦੇ ਵਿੱਚ ਹਿਸਾਬਾ 13 ਮੈਟਰੋ ਸਿਟੀਜ਼ ਦੀ وجہ ਨਾਲ ਹੋਇਆ ਕਾਲੀ ਦੇ ਵਿੱਚ ਆਏ ਹੋਏ ਡਾਟਾ ਤੋਂ ਪਤਾ ਲੱਗਦਾ ਹੈ ਕਿ 70% ਕੇਸਸ ਦੇ ਵਿੱਚ ਹਿਸਾਬਾ 13 ਮੈਟਰੋ ਸਿਟੀਆਂ ਦੇ ਕਾਰਨ ਹੀ ਹੋਇਆ ਹੈ ਜਿਸ ਦੇ ਕਾਰਨ ਉੱਥੋਂ ਦੀਆਂ ਧਾਰਮਿਕ ਜਗਾਵਾਂ ਤੇ ਰੈਸਟ੍ਰਿਕਸ਼ਨਸ ਦਾ ਵਾਪਸ ਲਾਗੂ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਅਜਈਆਂ ਜਗਾਵਾਂ ਤੇ ਕੋਰੋਨਾ ਵਾਇਰਸ ਦੇ ਫੈਲਣ ਦਾ ਖਤਰਾ ਸਭ ਤੋਂ ਵੱਧ ਹੁੰਦਾ ਹੈ ਲੌਕਡਾਊਨ ਦੇ ਵਿੱਚ ਰਿਲੈਕਸੇਸ਼ਨ ਦੇਣ ਦੇ ਨਾਲ-ਨਾਲ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਲੋਕਾਂ ਨੂੰ ਅਵੇਅਰ ਕਰੇ ਕਿ ਕਿਸ ਤਰ੍ਹਾਂ ਜੌਬ ਕਰੀ ਜਾ ਸਕਦੀ ਹੈ ਕਿਸ ਤਰ੍ਹਾਂ ਇਕਨੋਮੀ ਦੀ ਸਿਚੁਏਸ਼ਨ ਨੂੰ ਫਿਰ ਤੋਂ ਰਿਵਾਈਵ ਕਰਿਆ ਜਾ ਸਕਦਾ ਹੈ ਤੇ ਕਿਸ ਤਰ੍ਹਾਂ ਲੋਕਾਂ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਾਇਆ ਜਾ ਸਕਦਾ ਹੈ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਵੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਸਾਰਿਆਂ ਨੂੰ ਜ਼ਰੂਰਤ ਦੀਆਂ ਵਸਤਾਂ ਮਿਲ ਜਾਣ ਤੇ ਕੈਸ਼ ਸਪਲੀਮੈਂਟਸ ਮਿਲ ਜਾਣ ਕਿਉਂਕਿ ਕਾਫੀ ਸਾਰੇ ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਜੌਬ ਜਾ ਚੁੱਕੀ ਹੈ ਦਾ ਹਾਲ ਔਰਤਾਂ ਦਲਿਤ ਜਾਤਾਂ ਅਤੇ ਬੱਚਿਆਂ ਦਾ ਹੈ ਕਿਉਂਕਿ ਜਦੋਂ ਮਜ਼ਦੂਰ ਜਾਂ ਦਲਿਤ ਜਾਤ ਦੇ ਲੋਕ ਆਪਣੇ ਪਿੰਡ ਵਿੱਚ ਵਾਪਸ ਜਾਂਦੇ ਆ ਤਾਂ ਉੱਥੇ ਫਿਰ ਤੋਂ ਹਫੜਾ ਦਫੜੀ ਮੱਚ ਜਾਏਗੀ ਇਕੱਠ ਹੋਏਗਾ ਜਿਸ ਦੇ ਕਾਰਨ ਬਿਮਾਰੀ ਵਿੱਚ ਹੋਰ ਵਾਧਾ ਹੋ ਸਕਦਾ ਹੈ ਸੋ ਐਡੀਟোরিয়াল ਦੇ ਕਨਕਲੂਜਨ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਵੱਧ ਤੋਂ ਵੱਧ ਟੈਸਟਿੰਗ ਹੋਣੀ ਚਾਹੀਦੀ ਹੈ ਤੇ ਸਰਕਾਰ ਨੂੰ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਹੈ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਕੀ ਕੀ ਇਨਸਟਰਕਸ਼ਨਸ ਨੂੰ ਫਾਲੋ ਕਰਨਾ ਚਾਹੀਦਾ ਹੈ So friends, our editorial ends here. Bye-bye.